Get off the jumping, yeah, they're not ready to do it. Get off the jumping. ਸਾਰਿਆਂ ਭਰਾਵਾਂ ਅੱਗੇ ਜਨਾਬ ਹਾਜ਼ਰ ਤੇ ਕਿ ਸਿਗਨਲ ਦੀ ਪ੍ਰੋਬਲਮ ਦੀ ਵਜ੍ਹਾ ਨਾਲ ਨੈੱਟ ਬੰਦ ਹੋ ਗਿਆ ਸੀ ਜਨਾਬ, ਬਹੁਤ ਬਹੁਤ ਮਾਜ਼ਰ ਤੇ। ਅਤੇ ਪੰਜਵਾਂ ਕਬੂਤਰ ਬੈਠਾ ਜੇ 6:00 ਅਤੇ 47 'ਤੇ F16 6:47 ਅਤੇ ਪੰਜਵਾਂ ਕਬੂਤਰ ਬਹਿ ਗਿਆ F16 ਅਤੇ ਇਹ ਦੋ ਕਬੂਤਰ ਆ ਸਾਹਮਣੇ ਫਿਰਦੇ ਨੇ ਬੇ। ਜਨਾਬ 6 ਚੜਿਆ ਉੱਤੇ ਆਇਆ, ਦੂਸਰਾ ਥੋੜ੍ਹਾ ਦੂਸਰਾ ਉੱਚਾ ਜ਼ੀਰਾ ਨਹੀਂ ਆਇਆ ਜੇ ਗੋਲਡਨ ਹੈ ਫਿਰਦਾ ਪਿਆ ਥੱਲੇ ਆਇਆ ਨਜ਼ਰ ਲੱਭਦਾ ਸੀ ਪਿਆ ਵੀਰਾ ਲੱਭਦਾ ਸੀ ਪਿਆ ਥੱਲੇ ਸੀ ਇਹਨਾਂ ਨੂੰ ਜਨਾਬ 6 ਕਬੂਤਰ ਸਾਹਮਣੇ ਆਇਆ ਇੱਥੇ ਫਿਰਦਾ ਪਿਆ ਪਰਸੋਂ ਵੀ 7:27 'ਤੇ ਬੈਠਾ ਸੀ ਇਹ ਜਵਾਨ ਅਤੇ ਅੱਜ ਵੀ ਆਪਣਾ 7 ਦਾ ਘੂਰਾ ਪੂਰਾ ਕਰ ਗਿਆ ਅੱਲਾ ਦੀ ਮਿਹਰਬਾਨੀ ਨਾਲ। ਅਤੇ ਇਨਸ਼ਾਅੱਲਾ ਤਾਲਾ ਪਰਸੋਂ ਵੀ 7 ਤੋਂ ਬਾਅਦ ਬਹਿਗਾ 13 ਤਰੀਕ ਨੂੰ। ਪੀਰ ਜੀ ਇਹਨੇ ਚੁੰਮੇ ਨਾ ਘੱਲੋ, ਸਾਡਾ ਤੇ ਰੰਗ ਵੀ ਨਹੀਂ ਜੇ ਇੰਨਾ ਸਾਫ਼ ਅਤੇ ਸਾਨੂੰ ਇੰਨੇ ਝੁੰਮੇ ਘੱਲੀ ਹੁੰਦੇ ਹੋ ਬੇ। ਮਾਸ਼ਾਅੱਲਾ ਜੀ ਜ਼ੀਰਾ ਪਲੱਸ ਵੀ ਆ ਗਿਆ ਇਹਦੇ ਨਾਲ, ਸਾਰੇ ਕਬੂਤਰ ਪੂਰੇ ਹੋ ਗਏ ਨੇ। ਅਤੇ ਮਾਸ਼ਾਅੱਲਾ 5:47 'ਤੇ ਬਹਿ ਗਿਆ ਅਤੇ 6 ਫਿਰਦਾ ਪਿਆ ਥੱਲੇ ਅਤੇ ਜ਼ੀਰਾ ਪਲੱਸ ਵੀ ਆ ਗਿਆ ਉੱਤੇ। ਫਿਰਦਾ ਜੇ ਭਾਅ ਜਨਾਬ 10 ਨੰਬਰ ਫਿਰਦਾ ਭਾਅ ਜਨਾਬ ਵਾਈਟ ਗੋਲਡਨ ਦਸ ਨੰਬਰ ਹੱਥ ਲੈ ਜ਼ੀਰਾ ਪਲੱਸ
ਛੇਵਾਂ ਕਬੂਤਰ ਜਨਾਬ ਥੱਲੇ ਆ ਕੇ ਫਿਰਦਾ ਪਿਆ, ਸੱਤਵਾਂ ਵੀ ਉੱਤੇ ਆ ਗਿਆ। ਰਾਉਂਡਾਂ ਨੇ ਟੁੱਟ ਜਾਣਾ 15 ਤਰੀਕ ਨੂੰ। ਮਜ਼ੇ ਲੈ ਰਹੇ ਨੇ ਆਖਰੀ ਦੋ ਫਿਰਤਾਂ ਦੇ, ਪਹਿਲਾਂ ਹਰ ਹਰੀਅਤ ਨਾਲ ਖੜੇ ਦੇਤ ਕੁੱਤੇ ਨੇ ਤੇ ਇੱਥੇ ਗਾਹ ਦੇ ਵਿੱਚ ਮੋਣੇ ਨੇ ਜਿਹੜੇ ਅੱਜ ਕੱਲ੍ਹ ਲੱਭਦੇ ਨੇ। ਸਾਨੂੰ ਚੋਰ ਨਹੀਂ ਪੈਂਦੇ, ਮੋਣੇ ਪੈ ਗਏ ਨੇ, ਅਸੀਂ ਚੋਰਾਂ ਨੂੰ ਆਪ ਲੱਭ ਰਹੇ ਹਾਂ। ਬਣ ਗਿਆ ਮਕਬਰਾ, ਮਕਬਰਾ ਦੋ ਰਹਿ ਗਏ। ਯਾਰ ਅਰਸ਼ਦ ਤੂੰ ਵੀ ਆਈਏ ਯਾਰ ਪਿੰਡ ਲਾਈਵ ਦੇ ਵਿੱਚ, ਕੀ ਉਹ ਚੱਲਿਆ ਖੈਰ ਕਬੂਤਰ ਆਖਰੀ ਗੇੜੇ ਦੇ ਵਿੱਚ ਜਨਾਬ, ਇਹ ਛੇਵਾਂ ਕਬੂਤਰ ਬਹਿਣ ਡਿਆ ਜਨਾਬ, ਸਾਰੇ ਭਰਾ ਦੇਖ ਲਓ ਬਹਿ ਗਿਆ ਜਨਾਬ, ਛੇਵਾਂ ਕਬੂਤਰ ਬਹਿ ਗਿਆ, 6:58 ਦੇ ਬਹਿ ਗਿਆ ਜੀ ਛੇਵਾਂ। ਹਾਂਜੀ ਮਾਸ਼ਾਅੱਲਾ ਛੇਵਾਂ ਬਹਿ ਗਿਆ, ਸੱਤਵਾਂ 0+ ਬਹਿ ਗਿਆ, ਛੇਵਾਂ ਬਹਿ ਗਿਆ ਜੀ 6:58 ਦੇ। ਇਹ ਸਾਹਮਣੇ ਨੁੱਕਰ ਦੇ ਵਿੱਚ ਬੈਠਾ, ਸਾਰੇ ਭਰਾ ਦੇਖ ਲਓ ਸ਼ਾਹ ਦੀਆਂ ਜਾਨਾਂ ਵੀ ਸ਼ੁਰੂ ਹੋ ਗਈਆਂ ਜੇ। ਮਾਸ਼ਾਅੱਲਾ ਆਖਰੀ ਕਬੂਤਰ ਰਹਿ ਗਿਆ 0+, ਇਨਸ਼ਾਅੱਲਾ ਵੀ ਥੋੜ੍ਹੀ ਦੇਰ ਦਾ ਕਰੋ ਵੀ
ਸੱਤਵਾਂ ਕਬੂਤਰ ਰਹਿ ਗਿਆ ਜੀ ਜ਼ੀਰਾ ਪਲੱਸ ਮਾਸ਼ਾਅੱਲਾ। ਮੈਂ ਕਰ ਲਿਆ ਤੁਹਾਨੂੰ ਮੈਸੇਜ ਨਹੀਂ ਕੀਤਾ, ਵਟਸਐਪ 'ਤੇ ਵੇਖੋ, ਵਟਸਐਪ 'ਤੇ ਵੇਖੋ, ਵਟਸਐਪ 'ਤੇ, ਹਾਂਜੀ ਵਟਸਐਪ 'ਤੇ ਵੇਖੋ ਨੋਟ। ਹਾਂਜੀ ਜਨਾਬ, ਸੱਤਵਾਂ ਵੀ ਨਜ਼ਰ ਆ ਰਿਹਾ, ਥੋੜ੍ਹਾ ਉੱਚਾ ਹੁਣ ਜੀ। ਹਾਂਜੀ ਹੈਲੋ, ਵਾਲਕਮ ਸਲਾਮ ਜੀ। ਹੁਣ ਦੋ ਬੈਠੇ ਨੇ ਅਤੇ ਸੱਤਵਾਂ ਜ਼ੀਰਾ ਪਲੱਸ ਹੈ ਸਾਹਮਣੇ ਫਿਰਦਾ ਪਿਆ। ਹਾਂ ਇਹ ਇੱਕ ਬੈਠਾ 6:58 ਦੇ, ਇੱਕ 6:47 ਦੇ। ਜ਼ੀਰਾ ਪਲੱਸ ਹਾਂ, ਇਹ ਸਾਹਮਣੇ ਹੀ ਸਾਹਮਣੇ ਹੀ ਆਈਏ, ਉਹਨੇ ਅੱਧਾ ਘੰਟਾ ਲਾ ਹੜਨਾ। ਨਹੀਂ ਨਹੀਂ ਬਾਈ, ਇਨਸ਼ਾਅੱਲਾ ਦਾ ਪੰਜ ਲੋ ਜਨਾਬ, ਉਸਤਾਦ ਨਾ ਦੇ ਕੈਮਰਾ ਵਾਲੀ ਹੈ ਜਨਾਬ, ਉਸਤਾਦ ਹਰੀ ਕੋਲ ਹੀ ਬੈਠੇ ਹਨ ਜਨਾਬ।
ਆਹੋ ਸਾਹਮਣੇ ਹਨ ਸਹਾਰੇ ਤੇ ਆ ਜਾਂਦਾ ਆ ਗਿਆ ਹੱਥੇ ਨੀ ਜਾਫਰ ਬੜ ਸਾਹਿਬ ਉਸਤਾਦ ਹਰੀ ਸਲਾਮ ਤੁਹਾਨੂੰ ਵੀ ਦਿੰਦਾ ਹੈ ਇਹ ਉਸਤਾਦ ਹਰੀ ਜਨਾਬ ਵਾਲਕਮ ਸਲਾਮ ਕਹਿ ਗਏ ਨੇ ਜਨਾਬ ਤੁਹਾਨੂੰ ਪੀਰ ਮੋਹਨੇ ਸ਼ਾਹ ਜੀ ਹੋਰ ਸੁਣਾਓ ਸਭ ਖੈਰ ਖੜੀਏ ਤੇ ਠੀਕ ਠਾਕ ਹੋ ਸੌਦੀਆ ਬਹਿ ਕੇ ਮਜ਼ੇ ਲੈਂਦੇ ਪਿਓ ਹਾਂਜੀ ਨਹੀਂ ਹਲੇ ਉੱਚਾ ਜੇ ਮੈਂ ਉੱਥੇ ਹੀ ਹਾਂ ਉਹ ਮੈਂ ਫੇਸਬੁੱਕ ਚਲਾਉਂਦਾ ਮੈਂ ਲਾਈਵ ਮੈਂ ਉੱਥੇ ਹੀ ਬੈਠਾ ਹਾਂ ਸਾਧਨਾਂ ਦੀ ਫੇਸਬੁੱਕ ਮੈਂ ਹੀ ਮੈਂ ਲਾਈਵ ਚਲਾਉਂਦਾ ਹਾਂ ਮੇਰੇ ਕਹਿੰਦਾ ਸੱਤੇ ਬਹਿ ਗਏ ਨੇ ਮੈਂ ਕੋਈ ਨਹੀਂ ਇੱਕ ਉਹੀ ਤੁਹਾਡੀ ਫੋਨ ਆਇਆ ਸਾਦੀ ਮੈਨੂੰ ਓਏ ਉਹ ਭੁਲੇਖੇ ਨਾਲ ਲਿਖਤਾ ਹੈ ਉਹੀ ਖਬਰ ਦਾ ਫੋਨ ਆਇਆ ਸੀ ਨਾ ਦੱਸਦਾ ਸੀ ਪਿਆ ਉਹੀ ਖਬਰ ਕਹਿੰਦਾ ਬਹਿ ਗਿਆ ਤੂੰ ਆਉਣਾ ਪਿਆ ਕੋਈ ਨੀ ਮੈਂ ਉੱਥੇ ਹੀ ਬੈਠਾ ਹਾਂ ਨਹੀਂ ਨਜ਼ਰ ਆਇਆ ਉੱਚਾ ਨਹੀਂ ਇਨਸ਼ਾਅੱਲਾ ਮੈਂ ਉੱਤੇ ਨੂੰ ਨਾ ਲੇਖ ਇੱਕ ਦੋ ਜਿਹਨਾਂ ਨਾਲ ਬਾਜ਼ੀ ਹੈ
ਘੰਟਾ ਪੂਰਾ ਲੈ ਸੱਤ ਵਜ ਕੇ ਕੁਝ ਮਿੰਟ ਹੋਏ ਨੇ 10 ਮਿੰਟ ਹੋਏ ਨਾਲੇ 50 ਮਿੰਟ ਨੇ ਪੂਰੇ ਛੇ ਬੈਠੇ ਜੇ ਸਰ ਛੇ ਬੈਠੇ ਜੇ ਸੱਤਵਾਂ ਕਬੂਤਰ ਫਿਰਦਾ ਪਿਆ ਵੇ ਛੇ ਬੈਠੇ ਜੇ ਹਾਂਜੀ ਜਨਾਬ ਸੱਤਵਾਂ ਵੀ ਨਜ਼ਰ ਆ ਰਿਹਾ ਲੇਕਿਨ ਥੋੜਾ ਉੱਚਾ ਵੇ ਲਾਸਟ ਰਹਿ ਗਿਆ ਭਾਈ ਜਾਨ ਲਾਸਟ ਜ਼ੀਰਾ ਪਲੱਸ ਉੱਤੇ ਜਨਾਬ ਜ਼ੀਰਾ ਪਲੱਸ ਜਿਹੜਾ ਰੋਜ਼ ਐਂਡ ਤੇ ਬਹਿੰਦਾ ਉਹ ਕਬੂਤਰ ਉੱਤੇ ਪਿਆ ਜ਼ੀਰਾ ਪਲੱਸ ਭਾਈਜਾਨ ਛੇ ਬੈਠੇ ਨੇ ਅਤੇ ਸੱਤਵਾਂ ਕਬੂਤਰ ਉੱਤੇ ਰਹਿ ਗਿਆ ਜ਼ੀਰਾ ਪਲੱਸ ਜਿਹੜਾ ਰੋਜ਼ ਐਂਡ 'ਤੇ ਪੈਂਦਾ ਅਤੇ ਨਜ਼ਰ ਆਉਂਦਾ ਸੀ ਵੀ ਥੋੜ੍ਹਾ ਉੱਚਾ ਹੋ ਗਿਆ ਹੁਣ ਯਾਰ ਉਹ ਗਲਤੀ ਦੇ ਨਾਲ ਉਹ ਲਿਖ ਕਰ ਸੱਤਵਾਂ ਕਬੂਤਰ ਨਹੀਂ ਹਲੇ ਬੈਠਾ ਹੈ ਉਹ ਗਲਤੀ ਦੇ ਨਾਲ ਉਹਨੇ ਲਿਖ ਦਿੱਤਾ ਪਿੰਡਾਂ ਦੇ ਭਾਈਜਾਨ ਛੇਵਾਂ ਕਬੂਤਰ ਬੈਠਾ ਸੀ ਪੰਜਵਾਂ ਕਬੂਤਰ ਛੇ ਵੱਜ ਬੈਠਾ ਸੀ ਸੱਤਵਾਂ ਕਬੂਤਰ ਜ਼ੀਰਾ ਪਲੱਸ ਜਿਹੜਾ ਰੋਜ਼ ਐਂਡ 'ਤੇ ਬਹਿੰਦਾ ਉਹ ਮਾਸ਼ਾਅੱਲਾ ਹਲੇ ਉੱਤੇ ਹੀ ਹੈ ਉਹ ਨਹੀਂ ਹਲੇ ਬੈਠਾ ਬੈਠੇ
ਅਲਹਮਦੁਲਿਲਾ ਮੈਂ ਠੀਕ ਠਾਕ। ਚਲੋ ਠੀਕ ਹੈ, ਤੁਸੀਂ ਦੇਖੋ ਉੱਥੇ ਫਿਰਦਾ ਪਿਆ ਕਬੂਤਰ। ਚੱਲਦੇ ਆ ਚੱਲਦੇ ਆ ਨਹੀਂ ਭਾਈ ਜਾਨ, ਉਹ ਮਾਦੀ ਘਰ ਲੈ ਗਏ ਆ ਜੋੜਿਆਂ ਦੇ ਵਿੱਚ। ਕੋਰ ਕਮਾਂਡਰ ਜਿਹੜੀ ਤੁਸੀਂ ਕਹਿਣ ਦੇ ਉਹ ਉਸਤਾਦ ਦੇ ਘਰ ਲੈ ਗਏ ਨੇ, ਉਹ ਜੋੜਿਆਂ ਵਿੱਚ ਸੁੱਟ ਛਿੜੀ ਜਾ। ਚੱਲਦੇ ਹੁਣ ਕੰਡੇ ਦੀ ਪੀੜ ਹੈ, ਹੁਣ ਵੇਖ ਕੇ ਚੱਲਦੇ ਹਾਂ। ਕੋਰ ਕਮਾਂਡਰ ਜੋੜਿਆਂ ਵਿੱਚ ਜੇ ਘਰ ਪਾਈ ਜਾਣ, ਘਰ ਜੋੜਿਆਂ ਦੇ ਵਿੱਚ ਪੈ ਗਈ ਜੇ। F16 ਬਹਿ ਗਿਆ ਜਨਾਬ, 6:47 ਤੇ F16 ਬਹਿ ਗਿਆ, 6:47 ਤੇ F16 ਬਹਿ ਗਿਆ। ਜੀ ਜਨਾਬ, 40 ਮਿੰਟ ਰਹਿ ਗਏ, ਇਨਸ਼ਾਅੱਲਾ ਤਾਲਾ ਬਹਿ ਜਾਂਦਾ। ਇੱਕ ਇੰਡੀਆ ਤੋਂ ਮਿਹਰਬਾਨੀ ਸ਼ਬਾਦ ਖਾਨ ਸਾਹਿਬ, ਉਸਤਾਦ ਹਰੀ ਜ਼ਰਾ ਪਰਲੀ ਸਾਈਡ 'ਤੇ ਬੈਠੇ ਨੇ, ਠੀਕ ਹੈ। ਉਸਤਾਦ ਹਰੀ ਉੱਧਰ ਬੈਠੇ ਨੇ ਜ਼ਰਾ, ਮਿਹਰਬਾਨੀ ਜਨਾਬ ਤੁਹਾਡੀ ਬਹੁਤ ਬਹੁਤ, ਤੁਸੀਂ ਦੇਖ ਰਹੇ ਹੋ ਇੰਡੀਆ। ਬਹਿ ਗਿਆ ਭਾਈ ਜਾਨ, ਉਹ ਸਿਲਵਰ ਗੋਲਡ ਬਹਿ ਗਿਆ ਜੇ 6:58 ਦੇ। ਅੱਗੇ ਨਜ਼ਰ ਆਉਣ ਡਿਆ ਸੀ, ਹੁਣ ਜ਼ਰਾ ਥੋੜ੍ਹਾ ਜਿਹਾ ਭਾਈ ਉੱਤੇ ਉੱਚਾ ਹੋ ਗਿਆ ਵੇ। ਫਿਲਹਾਲ ਹਨੇਰਾ ਬਹੁਤ ਜ਼ਿਆਦਾ ਹੈ ਅਤੇ ਇਨਸ਼ਾਅੱਲਾ ਤਾਂ ਲਾ ਜਾਂਦਾ ਹੋਰ 10-15 ਮਿੰਟ ਤੱਕ। ਇੱਕ ਰਹਿ ਗਿਆ ਭਾਈ ਜਾਨ, ਇੱਕ ਹੀ ਰਹਿ ਗਿਆ ਉੱਤੇ, ਆਖਰੀ ਕਬੂਤਰ 0+ ਰਹਿ ਗਿਆ ਜੀ। ਬਿਲਕੁਲ ਪਿਛਲੇ ਸਾਲ ਵਾਲਾ 0+।
ਉਹੀ ਜੇ ਜਨਾਬ ਪਿਛਲੇ ਸਾਲ ਵਾਲਾ ਮਾਸ਼ਾਅੱਲਾ ਅਤੇ ਇਸ ਵਾਰ ਵੀ ਉਹਦੀਆਂ ਟੋਟਲ ਹਨੇਰੇ ਦੀਆਂ ਫਿਰਤਾਂ ਨੇ, ਇੱਕ ਦਿਨ ਵੀ ਨਹੀਂ ਲਾਈਟ 'ਚ ਬੈਠਾ ਉਹ, ਸਭ ਦਿਨ ਉਹਦੀਆਂ ਹਨੇਰੇ ਦੀਆਂ ਫਿਰਤਾਂ ਨੇ। ਪਿਛਲੇ 7:00 ਭਾਈ ਜਾਨ 25 ਮਿੰਟ 'ਤੇ ਬੈਠਾ ਸੀ, ਪਿਛਲੀ ਫਿਰਤ ਵਿੱਚ ਉਹ 7:50 'ਤੇ ਬੈਠਾ ਸੀ। ਕਬੂਤਰ ਆਇਆ ਜੇ ਉੱਤੇ ਜੀ, ਆਹ ਥੱਲੇ ਦੱਸ ਰੌਲਾ ਪਾਇਆ ਉਹਨਾਂ ਨੇ, ਇਹ ਵੇਖਿਓ ਯਾਰ ਕਬੂਤਰ ਉੱਤੇ ਆਇਆ ਜੇ। ਕਦੋਂ ਨਿਕਲੋਗੇ ਮੈਨੂੰ, ਜਦੋਂ ਤੁਸੀਂ ਨਿਕਲੋ ਮੈਨੂੰ ਮੈਸੇਜ ਕਰ ਦਿਓ, ਮੈਸੇਜ ਪਹੁੰਚੀ ਤੁਹਾਡਰ ਲਵਾ ਕੇ ਮੈਨੂੰ ਦੱਸਣ ਦਾ। ਚਲੋ ਠੀਕ, ਤੁਸੀਂ ਬਸ ਮਿੱਠਾ ਜਿਹਾ ਮੈਸੇਜ ਕਰੋ ਮੈਥੋਂ ਜਾਣਾ। ਮੈਂ ਕਹਿ ਰਿਹਾ ਉੱਥੇ ਬਹਿ ਕੇ ਨਾ ਆਰਡਰ ਦੇ ਕੇ ਮੈਸੇਜ ਕਰ ਦਿਓ। ਚਲੋ ਠੀਕ ਹੈ, ਚਲੋ ਠੀਕ ਹੈ, ਚਲੋ ਠੀਕ। ਟਾਈਮ 7:24 ਹੋਏ ਨੇ ਭਾਈ ਜਾਨ, ਹਲੇ 36 ਮਿੰਟ ਬਾਕੀ ਨੇ।
ਰੌਂਡਰ ਉਹ ਰੌਂਡਰ ਉਹਦੇ ਪਿੱਛੇ ਹੋ ਕੇ ਵੇ ਆ ਹਾਂਜੀ ਨਹੀਂ ਬੈਠਾ ਨਹੀਂ ਬਾਹਰ ਕੁੱਤੇ ਨੀ ਕੋਈ ਨੀ ਕੱਟੇ ਅੱਜ ਕੱਟੇ ਪਤਾ ਨਹੀਂ ਬਿਜਲੀ ਪਿੱਤੇ ਵੀ ਨੀ ਹੁਣ ਕੱਢੇ ਅੱਜ ਵੀ ਨੀ ਕੱਢੇ ਸਲਾਮ ਵਾਲੇਕੁਮ ਮੈਂ ਡੇਰੇ 'ਚ ਡਾਕਟਰ ਸਾਹਿਬ 6 ਬੈਠੇ ਜੇ ਜ਼ੀਰਾ ਪਲੱਸ ਜੋ ਪਰ ਤੱਕ ਨਿਕਲਿਆ ਨਹੀਂ ਅੱਗੇ ਨਜ਼ਰ ਆ ਰਹੇ ਸੀ ਉਹਨੇ ਨਜ਼ਰ ਆਇਆ ਨਹੀਂ ਬੋਲ ਉਹ ਗਲਤੀ ਨਾਲ ਲਿਖ ਕੇ ਤਾਂ ਉਹਨਾਂ ਕੋਲ 6 ਬੈਠੇ ਨੇ ਜੀ ਇੱਕ ਕਬੂਤਰ ਰਹਿ ਗਿਆ ਜੀ ਇੱਕ ਹੈ ਉੱਪਰ ਜ਼ੀਰਾ ਪਲੱਸ ਇਨਸ਼ਾਅੱਲਾ ਬੈਠੇਗਾ ਪਤਾ ਨਹੀਂ ਸਲਾਮ ਵਾਲੇਕੁਮ ਨਹੀਂ ਚਾਚੋ ਵੀ ਅਦਨ ਸ਼ਾਹ ਸਾਹਿਬ ਦਾ ਵੀ ਨਹੀਂ ਮੈਂ ਬੈਠਾ ਉਹਦਾ ਵੀ 5 ਬੈਠੇ ਨੇ ਹਾਂਜੀ ਨਹੀਂ ਲੱਗਦਾ ਹਾਂਜੀ 7:53 ਕੱਲ੍ਹ ਬੈਠਾ 7:50 ਜ਼ੀਰਾ ਪਲੱਸ ਏ ਨਹੀਂ ਜੀ ਚ ਜੁਦੈਰ ਪੱਟੀ ਪਹਿਲੇ ਨਜ਼ਰ ਆ ਰਿਹਾ ਥਾ ਅਬ ਨਹੀਂ ਨਜ਼ਰ ਆ ਰਿਹਾ ਉੱਚਾ ਹੋਇਆ ਥੋੜ੍ਹਾ 8 ਵਜੇ ਦਾ ਲਾਸਟ ਟਾਈਮ ਹੈ ਜੀ ਮੈਂ ਕੈਂਟ ਵਿੱਚ ਜਾਣਾ ਮੈਂ ਤੁਹਾਡੇ ਗੱਲ ਵੱਢ ਰਹੀ ਹੈ
ਤੁਹਾਡੇ ਕੋਲ ਨਹੀਂ ਹੈ? ਮੈਨੂੰ ਜਾਣਦੇ ਮੇਰੇ ਕੋਲ ਸਟੂਡੈਂਟ ਕਾਰਡ ਹੈ। ਕਿਹੜਾ ਸਟੂਡੈਂਟ ਕਾਰਡ? ਹੈਲਮਟ ਤੋਂ ਬਗੈਰ ਨਹੀਂ ਉਹਨਾਂ ਜਾਣਦੇ। ਹੈਲਮਟ ਤੁਹਾਡਾ ਲੈ ਜਾਣਾ। ਮੈਂ ਵੀ ਕਹਿੰਦਾ ਕੀ ਜਾਣਾ, ਜੋ ਪਿਛਲੇ ਸੂਬੇ ਬੈਠਾ ਤਾ 7:53, ਕੱਲ ਵੋ ਬੈਠਾ ਹੈ 7:25। ਲੰਦੀ ਚ ਹੋਏ ਫਿਰ ਕਬੂਤਰ ਤੇ ਨਹੀਂ, ਜੇ ਤੂੰ ਉੱਤੇ ਤੇ ਫਿਰ ਉਹ ਟਾਈਮ ਨਾਲ ਛੱਕ ਕੇ ਆ ਜਾਂਦਾ। ਸਿਆਲਕੋਟ ਸਲਾਮ ਅਲੈਕੁਮ। ਨਿਕਲ ਗਿਆ ਨਿਕਲ ਗਿਆ ਯਾਰ ਹੁਣ ਕਿੱਥੇ ਨੇ? ਨਹੀਂ ਮੈਂ ਨਿਕਲ ਗਿਆ ਪੁੱਛਾਂ ਕਿੱਥੇ ਨੇ। ਆ ਗਿਆ ਕੌਣ ਹੈ? ਉਮਰ ਕਿੱਥੇ ਨੇ? ਮੈਂ ਜੀ ਕਿੱਥੇ? ਇੱਥੇ ਕੈਂਟ। ਮੈਟਰੋ ਚ ਬੜਾ ਬਲਾ ਪੁੱਤਰ। ਹੈਲਮਟ ਤੋਂ ਬਗੈਰ ਤੇ ਨਹੀਂ ਅੰਦਰ ਵੜਨ ਦੇਣਾ ਕੈਂਟ ਚ, ਬੜਾ ਪਿਆਰ ਹੈ ਤੂੰ ਲੈ ਕੇ ਆ। ਨਹੀਂ ਭਾਈ ਹਾਲੇ ਤੱਕ ਨਹੀਂ ਨਜ਼ਰ ਆਇਆ ਫਿਲਹਾਲ। ਇਸ ਨਾਮ ਹੈ ਪੀਰ ਮੌਜ਼ਮ ਅਲੀ ਸ਼ਾਹ ਸਾਹਿਬ ਦੀ ਛੱਤ ਹੈ ਸਿਆਲਕੋਟ। ਸਿਆਲਕੋਟ ਜਨਾਬ ਕੈਂਟ ਦੇ ਨਾਲ ਪੜਥ ਪੋ ਉੱਥੇ ਵੀ ਆ ਛੱਤ।
बंद कर दी सारी।